ਹਜ਼ਾਰ ਕਿਤਾਬਾਂ ਅੰਦਰੋਂ ਤਾਂ ਸਭ ਨੰਗੇ ਪਏ ਅੱਜਾ ਕਿਸੇ ਦੇ ਸਮਝ ਨਾ ਆਏ ਸਿਸਟਮ ਦੀ ਸ਼ਕਰਾਂ ਚ ਆ ਚਲੋ ਉੱਠਾ ਲਿਆ ਹੋਰ ਬਹੁਤ ਬਿਆ ਬਹੁਤ ਬਿਆ ਆ ਬੋਟੇ ਵੀ ਯਾਰ ਕੀ ਕੋਈ ਬੱਚਾ ਨਾ ਇਹ ਨਵਾਂ ਪਹਾੜਾ ਨਵੇਂ ਜ਼ਮਾਨੇ ਦਾ ਨਵਾਂ ਪਹਾੜਾ ਥੈਂਕ ਯੂ ਬੇਟਾ ਥੈਂਕ ਯੂ अच्छा देखो अब क्लास आपकी लगी थी ना थोड़ी देर पहले आपकी क्लास लगी थी अब क्लास लगेगी इनकी ठीक है आप भी देखना चाहोगे ना इनकी क्लास और इनकी प्रैक्टिस हो रखी है बड़े दिनों से अब आप सोच रहे हो कि काय की प्रैक्टिस हो रखी है अब ये प्रैक्टिस की है इन्होंने बहुत बार इनकी वीडियोस हम देख चुके हैं वन दो थ्री चार मेहनत करने वाला मजबूरियां दे नाल लड़दा उड़दे तां हजारां कागज ने आसमान दे विच पर पतंग अपनी काबिलियत दे नाल अपनी कैपेबिलिटी दे नाल आसमान दे विच खड़दा है हज़ूर और पंजाबी सिनेमा जगत की गल करिए मूवीज की गल करिए फिल्म वाकई सफलता दियां उडारियां ते खड़दी है जिस दे च कुछ जबरदस्त थीम हुंदा है और पिछले दिनों तो जिस मूवी दी वेट इस करके हो रही है क्योंकि वखरा थीम अपन वखरा कुछ देखण नूं मिलेगा फिल्म दा नाम है दो दुनी पंज 11 जनवरी नूं अपने सामने होएगी वह फिल्म और उस दे नाल जुड़ियां हुईयां वह खास शख्सियतां जिहड़ियां इस फिल्म नूं अपने तक लैके आ रही ने अपने नाल ने बादशाह भाजी प्यार भरी सत श्री अकाल सब तो पहला तुहानूं थैंक यू भाजी और अमृत भाजी तुहानूं भी दिलों प्यार भरी सत श्री अकाल भाजी ते ईशा जी आया नूं माय एफएम दे वेड़े च ओके बादशाह भाजी तुहाडे ते शुरू करदे आपां पहला थोड़ा माइक चक लिओ करा ओके दो दुनी पंज ट्रेलर देखिया सारा नो डाउट थानू थीम वाकई वखरा लग्या पर दो दुनी पंज टाइटल नूं तुसीं किवें जल कर रहे हो इस पूरे थीम दे नाल ਭਾਜੀ ਬਹੁਤ ਆਈ ਥਿੰਕ ਜੇ ਬਹੁਤ ਬਰੀਫ 'ਚ ਮੈਂ ਤੁਹਾਨੂੰ ਦੱਸਾਂ ਆਈ ਥਿੰਕ ਇਹਦੀ ਐਕਸਪਲੇਨੇਸ਼ਨ ਇਹੀ ਹੈ ਵੀ ਜਿਹੜਾ ਕੁਛ ਆਪਾਂ ਸਕੂਲ 'ਚ ਸਿੱਖਦੇ ਹਾਂ ਜਾਂ ਕਿਤਾਬਾਂ 'ਚੋਂ ਸਿੱਖਦੇ ਹਾਂ ਉਹ ਕਈ ਵਾਰ ਸਕੂਲ 'ਚ ਹੀ ਰਹਿ ਜਾਂਦੀਆਂ ਨੇ ਚੀਜ਼ਾਂ ਜਿੱਦਾਂ ਦੋ ਦੁਨੀ ਚਾਰ ਸਾਨੂੰ ਸਿਖਾਏ ਜਾਂਦੇ ਨੇ ਸਕੂਲ 'ਚ ਬਟ ਬਾਹਰਲੀ ਦੁਨੀਆ 'ਚ ਆ ਕੇ ਪਤਾ ਚੱਲਦਾ ਵੀ ਦੋ ਦੁਨੀ ਪੰਜ ਵੀ ਹੋ ਸਕਦਾ ਅਤੇ ਉਹ ਕਿੱਦਾਂ ਹੈਗਾ ਇਸ ਫਿਲਮ 'ਚ ਉਹ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਪਤਾ ਚੱਲੇਗਾ ਅਤੇ ਅਮਰਿਤ ਭਾਜੀ ਦੇਖੋ ਇੱਕ ਗੱਲ ਹੁੰਦੀ ਹੈ ਕਿ ਵੀ ਚਾਹੇ ਜਿੰਨਾ ਮਰਜ਼ੀ ਸੀਰੀਅਸ ਵਾਲਾ ਸੀਨ ਹੋਵੇ ਪਰ ਉਹਦੀਆਂ ਹਰਕਤਾਂ ਐਸੀਆਂ ਹੁੰਦੀਆਂ ਜਿਹੜੀਆਂ ਵਿੱਚ ਕਾਮੇਡੀ ਲੋਕਾਂ ਨੂੰ ਲੱਗੇ ਜਿਵੇਂ ਤੁਸੀਂ ਪੈਸੇ ਮੰਗਦੇ ਹੋ ਵੀਰੇ ਸਭ ਤੋਂ ਸਸਤੀ ਕਿਹੜੀ ਹੈਗੀ ਹੈ ਨਾ ਤੁਸੀਂ ਭੋਲਾ ਜਿਹਾ ਮੂੰਹ ਬਣਾਇਆ ਹੋਇਆ ਉਹਦੇ 'ਚ ਪਰ ਉੱਥੋਂ ਨਾ ਇੱਕ ਚੀਜ਼ ਨਾਲ ਦੀ ਨਾਲ ਦਿਮਾਗ 'ਚ ਆ ਰਹੀ ਹੈ ਯਾਰ ਬਾਈ ਨਾ ਭਾਨ ਗਿਣ ਰਿਹਾ ਉੱਥੇ ਇਹ ਭਾਨ ਗਿਣਨ ਦਾ ਟਾਈਮ ਉਦੋਂ ਆਉਂਦਾ ਹੁੰਦਾ ਜਦੋਂ ਆਪਾਂ ਕਾਲਜ ਦੇ ਵਿੱਚ ਯਾਰਾਂ ਦੋਸਤਾਂ ਤੋਂ ਕੌਂਟਰੀ ਵੀ ਮਾਰਨੀ ਹੁੰਦੀ ਹੈ ਨਾ ਕੌਂਟਰੀ ਕੌਂਟਰੀ ਮਾਰ ਕੇ ਕੀ ਕਦੀ ਕੌਂਟਰੀ ਦਾ ਇਹ ਸੀਨ ਰਿਹਾ ਹੈ ਅਸਲੀਅਤ ਦੇ ਵਿੱਚ ਲਾਈਫ 'ਚ ਕੌਂਟਰੀ ਮਾਰਨ ਦਾ ਹਾਂਜੀ ਹਾਂਜੀ 4 ਸਾਲ ਪਹਿਲਾਂ ਆਹੀ ਕੋਸ਼ਿਸ਼ ਸੀਗਾ ਅੱਛਾ ਹਾਂਜੀ ਪਹਿਲਾਂ ਫਲੈਟ 'ਚ ਰਹਿਣਾ ਫਿਰ ਪਹਿਲਾਂ ਫਲੈਟ ਦੀ ਕੌਂਟਰੀ ਹਾਂ ਮੇਰਾ ਖਿਆਲ ਹੈ ਇਕੱਲਾ ਮੇਰਾ ਨਹੀਂ ਜਿੰਨੇ ਵੀ ਆਰਟਿਸਟ ਪਰਮਾਤਮਾ ਦੀ ਕਿਰਪਾ ਨਾਲ ਅੱਜ ਸਟੋਰੀ ਬਾਦਸ਼ਾਹ ਭਾਜੀ ਇੱਥੇ ਚੰਡੀਗੜ੍ਹ ਦੇ ਨੇ ਸਮਝ ਸਕਦੇ ਨੇ ਗੱਲ ਨੂੰ ਅੱਛਾ ਤੇ ਇੱਥੇ ਫਲੈਟ ਨੂੰ ਪਹਿਲਾਂ ਫਲੈਟ ਦੀ ਕੰਟਰੀ ਫਿਰ ਜਿਹੜਾ ਤੁਸੀਂ ਕੁੱਕ ਰੱਖਿਆ ਹੋਇਆ ਫਿਰ ਉਹਦਾ ਜੀ ਫਿਰ ਤੁਹਾਡੀ ਤੁਸੀਂ ਗਰੋਸਰੀ ਕਿੰਨੀ ਤੁਹਾਡਾ ਰਾਸ਼ਨ ਪਾਣੀ ਕਿੰਨੇ ਦਾ ਜੀ ਫਿਰ ਤੁਹਾਡੇ ਆਪ ਦੇ ਖਰਚੇ ਫਿਰ ਤੁਹਾਡੇ ਆਪ ਦੀ ਪਾਕਟ ਮਨੀ ਫੰਕਸ਼ਨ ਵਾਲੀ ਹੈ ਨਾ ਜੀ ਫਿਰ ਤੁਸੀਂ ਕੁੰਡੀਆਂ ਲਾਉਣੇ ਹੋ ਤੇਲ ਦੀ ਕੰਟਰੀ ਤੇਲ ਦੀ ਕੰਟਰੀ ਹੁੰਦੀ ਹੈ ਜਦੋਂ ਕਿਤੇ ਜਾਣਾ ਗੱਡੀ ਲੈ ਕੇ ਮੰਨੋਗੇ ਨਹੀਂ ਇੱਕ ਹਾਸੇ ਵਾਲੀ ਗੱਲ ਹੈ ਸਾਡਾ ਮੈਂ ਚਲੋ ਨਾਂ ਤਾਂ ਨਹੀਂ ਲੈਂਦਾ ਅੱਗੇ ਦੇ ਇੱਕ ਦੋਸਤ ਸੀ ਉਹ ਗੱਡੀ ਦੇ ਤੇਲ ਦੇ ਪੈਸਾ ਲੈਂਦੇ ਲੈਂਦਾ ਸੀ ਉਹ ਕਾਰ ਠੰਡੀ ਕਰਨ ਦੇ ਅੱਡ ਲੈਂਦਾ ਸੀ ਪੜਨ ਤੋਂ ਬਾਅਦ ਜਦੋਂ ਜੋਬ ਨਹੀਂ ਮਿਲਦੀ ਹੈਗੀ ਉਸਦੇ ਅਰਾਊਂਡ ਇਸ ਥੀਮ ਜਿਹੜਾ ਉਹ ਹੈਗਾ ਤੇ ਈਸ਼ਾ ਪੜ੍ਹਾਈ ਤੋਂ ਬਾਅਦ ਤੁਸੀਂ ਕਿੰਨੇ ਕੁ ਧੱਕੇ ਖਾਧੇ ਆ ਮੈਂ ਓਨੈਸਟਲੀ ਦੱਸਾਂ ਤਾਂ ਮੈਂ ਜੇ ਮੈਂ ਸਾਰਾ ਸੱਚ ਦੱਸਦਾ ਨਾ ਤਾਂ ਸ਼ਾਇਦ ਪਤਾ ਲੱਗੇ ਫਿਰ ਵੀ ਨਾ ਮੈਂ ਮੈਂ ਕਿ ਰੱਬ ਦੀ ਕਿਰਪਾ ਨਾਲ ਮੈਨੂੰ ਓਨੇ ਧੱਕੇ ਨਹੀਂ ਖਾਣੇ ਪਏ ਬਟ ਹਾਂ ਮੈਂ ਆਪਣੇ ਹਿੱਸੇ ਦੀ ਸਟਰਗਲ ਕੀਤੀ ਹੈ ਐਂਡ ਪੜ੍ਹਾਈ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਮੈਂ ਆਪ ਆਪਣਾ ਕੋਲਜ ਨਹੀਂ ਕੀਤਾ ਕਿਉਂਕਿ ਮੈਂ 12th ਤੋਂ ਬਾਅਦ ਹੀ ਫਿਲਮ ਦੇ ਸੈੱਟ 'ਤੇ ਪਹੁੰਚ ਗਈ ਸੀਗੀ ਸੋ ਉਸ ਤੋਂ ਬਾਅਦ ਮੈਨੂੰ ਲੱਗਿਆ ਚਲੋ ਪੜ੍ਹਾਈ ਤਾਂ ਕਰਦੇ ਕਿ ਕੁਛ ਕਮਾ ਸਕੀਏ ਕਮਾਉਣ ਲੱਗ ਗਈ ਹਾਂ ਮੈਂ ਹੁਣ ਲਗਾਉਣੀ ਹੈਗੀ ਬਟ ਇਹ ਸੱਚ ਨਹੀਂ ਹੈਗਾ ਪੜ੍ਹਾਈ ਦੀ ਬਹੁਤ ਜ਼ਰੂਰਤ ਹੈ ਐਜੂਕੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਪ੍ਰੈਕਟੀਕਲੀ ਵੀ ਤੁਸੀਂ ਸਿੱਖਦੇ ਹੋ ਉਹ ਅਲੱਗ ਚੀਜ਼ ਹੈ ਜਿਹੜਾ ਤੁਸੀਂ ਕਿਤਾਬਾਂ ਤੋਂ ਬਾਹਰ ਨਿਕਲ ਕੇ ਸਿੱਖਦੇ ਹੋ ਉਹ ਮੈਨੂੰ ਓਬਵੀਅਸਲੀ ਮੈਨੂੰ ਲੱਗਦਾ ਹੈ ਕਿ
ਇਹ ਮੈਸੇਜ ਨਹੀਂ ਅਸੀਂ ਕਨਵੇ ਕਰ ਰਹੇ ਕਿ ਤੁਸੀਂ ਪੀ ਐਚ ਡੀ ਕਰ ਲਈ ਆ ਤਾਂ ਤੁਹਾਨੂੰ ਯੂ ਨੋ ਉਹ ਵੇਸਟ ਹੈ ਤੁਹਾਡੇ ਲਈ, ਉਹ ਵੇਸਟ ਨਹੀਂ ਹੈਗਾ, ਉਹ ਤੁਹਾਡੇ ਕੰਮ ਆਊਗਾ, ਨਾਲੇ ਕਿਸਮਤ ਵੀ ਹੁੰਦੀ ਹੈ ਔਰ ਜਿਹੜੀ ਸਟਰਗਲ ਹੈ ਇਹ ਉਸ ਬਾਰੇ ਹੈ ਐਂਡ ਇੰਟਰਟੇਨਿੰਗ ਵੀ ਹੈਗੀ ਹੈ ਫਿਲਮ, ਡਿਫਰੈਂਟ ਕੋਨਸੈਪਟ ਹੈਗਾ, ਸਭ ਤੋਂ ਵੱਡੀ ਗੱਲ ਹੈ ਤੁਸੀਂ ਰਿਲੇਟ ਕਰ ਸਕਦੇ ਹੋ। ਸੋ ਜਿਹੜਾ ਵੀ ਸਾਡੇ ਨਾਲ ਕੰਮ ਕਰਦਾ ਸਿਆਣਾ।